सत श्री अकाल, मैं जसविंदर पाल, चैनल शान पंजाबी तुहाडा स्वागत है। तो इस समय आप चर्चा की गल करते हैं। मोहाली ब्लास्ट तो बाद पुलिस तर्क हो चुकी है। पंजाब पुलिस ने एक ब्लू प्रिंट तैयार किया है। सुरक्षा का ब्लू प्रिंट तैयार करने वेले एक चीज टारगेट पर रखी गई है, अतवादियों के निशाने ते केड़ियां केड़ियां इमारतें हो सकदियां ने, इसको लैके जोड़ा ब्लू प्रिंट तैयार किया, उस पर भी एक काम करना शुरू कर दिता। तो दस दिए 170 इमारतें ने पंजाब दी जिथे सुरक्षा हेठ ये बिल्डिंग रहनगियां। मतलब कि हुण 2000 जवान इस सुरक्षा पर लगाए जाएंगे जिहड़ियां 170 इमारतें ने। तुहानूं दस दिने 170 इमारतें जिहड़ियां ने ਉਹ ਮੁੱਖ ਆਕਰਸ਼ਣ ਦਾ ਕੇਂਦਰ ਵੀ ਬਣਦੀਆਂ ਨੇ, ਜਿਨ੍ਹਾਂ ਦੀ ਸੁਰੱਖਿਆ 2000 ਪੰਜਾਬ ਪੁਲਿਸ ਦੇ ਜਵਾਨ ਕਰਨਗੇ। ਅਤੇ ਇੰਟੈਲੀਜੈਂਸੀ ਨੇ ਜਿਹੜੀ ਬਲਿਊ ਰਿਪੋਰਟ ਤਿਆਰ ਕੀਤੀ ਹੈ, ਇਹਦੇ ਵਿੱਚ 23 ਜ਼ਿਲ੍ਹੇ ਚੁਣੇ ਗਏ ਨੇ। 23 ਜ਼ਿਲ੍ਹੇ ਦੀਆਂ ਇਹ 170 ਇਮਾਰਤਾਂ ਨੇ ਜਿਹੜੇ ਕਿ ਟਾਰਗੇਟ 'ਤੇ ਰਹਿੰਦੀਆਂ ਨੇ, ਜਿਨ੍ਹਾਂ ਵਿੱਚ ਮੁੱਖ ਦਫ਼ਤਰ ਕੰਪਲੈਕਸ ਵੀ ਸ਼ਾਮਿਲ ਹੋਣਗੀਆਂ, ਕੁਛ ਚਰਚਿਤ ਬਿਲਡਿੰਗਾਂ ਵੀ ਹੋਣਗੀਆਂ ਜੋ ਪ੍ਰਸਿੱਧ ਨੇ। ਪ੍ਰਸਿੱਧ ਇਮਾਰਤਾਂ ਦੀ ਸੁਰੱਖਿਆ ਵੀ ਇਸ ਲਈ ਯਕੀਨੀ ਹੈ ਕਿ ਕਿਤੇ ਨਾ ਕਿਤੇ ਅੱਤਵਾਦੀ ਇਹਨਾਂ ਨੂੰ ਆਪਣਾ ਟਾਰਗੇਟ ਬਣਾ ਕੇ ਪੰਜਾਬ ਦੀ ਸੁਰੱਖਿਆ ਲਈ ਖਤਰਾ ਨਾ ਬਣ ਜਾਣ। ਇਹ ਬਹੁਤ ਵੱਡਾ ਸਵਾਲ ਵੀ ਬਣਿਆ ਹੋਇਆ, ਕਿਉਂਕਿ ਮੋਹਾਲੀ ਬਲਾਸਟ ਹੋਇਆ ਜੋ ਇੰਟੈਲੀਜੈਂਸੀ ਆਫਿਸ ਦੇ, ਉਹ ਵੀ ਸਟੇਟ ਆਫਿਸ ਦੇ ਉੱਤੇ ਹੋਣਾ, ਮਤਲਬ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ 'ਤੇ ਅਤੇ ਸੁਰੱਖਿਆ ਸਵਾਲਾਂ 'ਤੇ ਸਵਾਲ ਖੜ੍ਹੇ ਕਰ ਰਿਹਾ। ਉਸ ਤੋਂ ਬਾਅਦ ਜੇ ਗੱਲ ਕਰਦੇ ਹਾਂ ਤਾਂ ਇਹ ਬਹੁਤ ਵੱਡੀ ਚਿੰਤਾ ਹੈ ਕਿ ਕਿਉਂਕਿ ਇਸ ਤੋਂ ਪਹਿਲਾਂ ਲੁਧਿਆਣਾ ਬਲਾਸਟ, ਪਠਾਨਕੋਟ ਬਲਾਸਟ ਅਤੇ ਕੁਛ ਦਿਨ ਪਹਿਲਾਂ ਹੀ ਚੰਡੀਗੜ੍ਹ ਦੀ ਬੜੈਲ ਜੇਲ੍ਹ ਵਿੱਚ ਜੋ ਬਲਾਸਟ ਹੋਇਆ, ਉਹ ਵੀ ਆਪਣੇ ਆਪ ਵਿੱਚ ਸਵਾਲ ਖੜ੍ਹੇ ਕਰ ਰਿਹਾ ਕਿ ਕੀ ਪੰਜਾਬ ਪੁਲਿਸ ਜਾਂ ਪੁਲਿਸ ਦੀ ਸੁਰੱਖਿਆ ਜਾਂ ਖੁਫੀਆ ਏਜੰਸੀਆਂ ਆਖਿਰ ਕਰ ਕਿਉਂ ਰਹੀਆਂ ਨੇ। ਆਖਿਰ ਅੱਤਵਾਦੀ ਸਰਗਰਮ ਨੇ, ਜਿਹੜੇ ਅੱਤਵਾਦੀ ਸੰਗਠਨ ਨੇ, ਚਾਹੇ ਉਹ ਕੋਈ ਵੀ ਸੰਗਠਨ ਹੋਵੇ, ਉਹ ਕਿਉਂ ਕਾਰਵਾਈ ਕਰ ਰਹੇ ਨੇ? ਉਹਨਾਂ ਪਿੱਛੇ ਜੋ ਵੀ ਹੱਥ ਹੈ, ਉਹਨਾਂ ਨੂੰ ਲੱਭਣ ਪਿੱਛੇ ਇੰਟੈਲੀਜੈਂਸੀ ਕਿਤੇ ਨਾ ਕਿਤੇ ਕਮਜ਼ੋਰ ਨਜ਼ਰ ਆ ਰਹੀ ਹੈ, ਅਤੇ ਜਿਸ 'ਤੇ ਸਵਾਲ ਵੀ ਉੱਠਣੇ ਸ਼ੁਰੂ ਹੋ ਗਏ ਨੇ। ਇਸ ਤੋਂ ਬਾਅਦ ਹੁਣ 170 ਬਿਲਡਿੰਗਾਂ ਨਿਸ਼ਾਨੇ 'ਤੇ ਨੇ, 170 'ਤੇ ਪੰਜਾਬ ਪੁਲਿਸ ਦੇ 2000 ਜਵਾਨ ਹੁਣ ਨਿਯੁਕਤ ਕੀਤੇ ਗਏ ਨੇ, ਜਿਨ੍ਹਾਂ 'ਤੇ ਪੰਜਾਬ ਪੁਲਿਸ ਹੁਣ ਪੂਰੀ ਤਰ੍ਹਾਂ ਨਜ਼ਰ ਰੱਖੇ, ਜਾਣੀ ਕਿ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ ਅਤੇ ਉਸ ਤੋਂ ਸਤਰਕਤਾ ਮਿਲੇ। ਤੁਹਾਨੂੰ ਦੱਸ ਦਿੰਦੇ ਹਾਂ, ਇਹਨਾਂ ਵਿੱਚ 5 ਤੋਂ ਲੈ ਕੇ 6 ਜ਼ਿਲ੍ਹੇ ਨੇ ਜਿਹੜੇ ਉਹ ਇਸ ਸਮੇਂ ਨਿਸ਼ਾਨੇ 'ਤੇ, ਜਿਨ੍ਹਾਂ ਵਿੱਚ ਅੰਮ੍ਰਿਤਸਰ, ਦੂਸਰਾ ਪਟਿਆਲਾ, ਤੀਸਰਾ ਜਲੰਧਰ, ਚੌਥਾ ਪਠਾਨਕੋਟ, ਪੰਜਵਾਂ ਫਿਰੋਜ਼ਪੁਰ ਅਤੇ ਨਾਲ ਨਾਲ ਮੋਹਾਲੀ ਵੀ ਇਸ ਦਾ ਇੱਕ ਹਿੱਸਾ ਹੋ ਸਕਦਾ। ਪਰੰਤੂ 6 ਜਿਹੜੇ ਪਹਿਲੇ ਜ਼ਿਲ੍ਹੇ ਨੇ ਉਹਨਾਂ 'ਤੇ ਮਜ਼ਬੂਤੀ ਨਾਲ ਇੱਕ ਬਲਿਊ ਪ੍ਰਿੰਟ ਤਿਆਰ ਕੀਤਾ ਗਿਆ, ਜਿਸ ਵਿੱਚ 170 ਇਮਾਰਤਾਂ ਨੂੰ ਸੁਰੱਖਿਆ ਦੇ ਕੇ ਇੱਕ ਯਕੀਨੀ ਬਣਾਇਆ ਜਾ ਰਿਹਾ, ਤਾਂ ਕਿ ਅੱਤਵਾਦੀਆਂ ਤੋਂ ਇਹਨਾਂ ਨੂੰ ਬਚਾਇਆ ਜਾ ਸਕੇ ਅਤੇ ਨਾਲ ਨਾਲ ਪੰਜਾਬ ਦੀ ਜਿਹੜੀ ਸੁਰੱਖਿਆ 'ਤੇ ਉੱਠ ਰਹੇ ਨੇ ਸਵਾਲ, ਉਹਨਾਂ ਦਾ ਜਵਾਬ ਦੇ ਕੇ ਅੱਤਵਾਦੀਆਂ 'ਤੇ ਵੱਡੀ ਕਾਰਵਾਈ ਕੀਤੀ ਜਾ ਸਕੇ। ਭਾਵੇਂ ਪੰਜਾਬ ਪੁਲਿਸ ਦਾਅਵਾ ਕਰਦੀ ਹੈ ਕਿ ਉਹਨਾਂ ਨੇ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ, ਉਹਨਾਂ ਦੇ ਸਰਗਣਾ ਜਿੰਨੇ ਨੇ ਉਹਨਾਂ ਨੂੰ ਤੱਕ ਪਹੁੰਚ ਗਏ ਨੇ, ਮਤਲਬ ਕਿ ਕਈ ਗ੍ਰਿਫਤਾਰੀਆਂ ਕਰਕੇ ਉਹ ਆਪਣਾ ਕੰਮ ਕਰ ਰਹੇ ਨੇ। ਆਖਰ ਛੇਤੀ ਹੀ ਲੋਕਾਂ ਨੂੰ ਭਰੋਸਾ ਇਹ ਵੀ ਦੇ ਰਹੇ ਨੇ ਕਿ ਜਿਹੜੀ ਪੰਜਾਬ ਦੀ ਸੁਰੱਖਿਆ ਉਹ ਯਕੀਨੀ ਬਣ ਜਾਵੇਗੀ, ਘਬਰਾਉਣ ਦੀ ਲੋੜ ਨਹੀਂ। ਫਿਲਹਾਲ ਇੰਨਾ ਹੀ ਸਵਾਲ ਨੂੰ ਲੈ ਕੇ ਮੈਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਚੈਨਲ ਸ਼ਾਨ ਪੰਜਾਬੀ, ਮਨ ਪੰਜਾਬ ਦਾ। ਧੰਨਵਾਦ।